ਮੈਂ ਸਭ ਤੋਂ ਪਹਿਲਾਂ ਤਾਂ ਐਂਡਰੋਇਡ ਐਪਸ ਬਣਾ ਲੈਂਦੇ ਹਾਂ ਐਂਡਰੋਇਡ ਸਟੂਡੀਓ ਅਤੇ ਜਾਵਾ ਦੇ ਵਿੱਚ, ਅਤੇ ਮੈਂ ਵੈਬਸਾਈਟਸ ਬਣਾ ਲੈਂਦੇ ਐਲੀਮੈਂਟ ਪੇਜ ਬਿਲਡਰ ਅਤੇ ਵਰਡਪ੍ਰੈਸ ਤੋਂ ਯੂਜ ਕਰਕੇ, ਅਤੇ ਮੈਨੂੰ ਲੈਂਗੁਏਜਿਸ ਆਉਂਦੇ ਨੇ ਜਿੱਦਾਂ ਸੀ, ਸੀ ਪਲੱਸ ਪਲੱਸ, ਪਾਈਥਨ, ਜਾਵਾ। ਤਬਲੇ ਵਿੱਚ ਮੈਂ ਅਜੇ ਗ੍ਰੈਜੂਏਸ਼ਨ ਕਰ ਰਹੀ ਹਾਂ ਅਤੇ ਹਾਰਮੋਨੀਅਮ ਵਿੱਚ ਫੋਰਥ ਈਅਰ ਹੈ ਮੇਰਾ। ਮੈਂ ਜਦ ਵੀ ਕੋਈ ਪਲੇ ਸਟੋਰ 'ਤੇ ਐਪ ਡਾਊਨਲੋਡ ਕਰਦਾ ਸੀ ਤਾਂ ਮੇਰੇ ਮਨ ਵਿੱਚ ਜ਼ਰੂਰ ਆਉਂਦਾ ਸੀ ਕਿ ਉਹ ਬੰਦੀ ਕਿੱਦਾਂ, ਤਾਂ ਮੈਂ ਇਹ ਸੋਚਿਆ ਕਿ ਮੈਂ ਐਪ ਕੰਮ ਸਟਾਰਟ ਕਰਾਂ, ਫਿਰ ਧੀਰੇ ਧੀਰੇ ਕਰ ਕਰਕੇ ਹੁਣ ਅੱਗੇ ਤੱਕ ਸਿੱਖ ਚੁੱਕੇ ਹਾਂ। ਮੈਂ ਇੱਕ ਤਾਂ ਨਿਤਨੇਮ ਦੀ ਐਪ ਬਣਾਈ ਹੈ, ਉਹਦੇ ਵਿੱਚ ਜਿੰਨੇ ਵੀ ਨਿਤਨੇਮ ਦੀ ਆਪ ਕਰਦੇ ਹੋ? ਹਾਂਜੀ, ਅਤੇ ਜਿੰਨੇ ਵੀ ਨਿਤਨੇਮ ਦੇ ਉਹਦੇ ਵਿੱਚ ਪਾਰਟ ਨੇ, ਸਾਈਜ਼ ਉਹਦਾ ਵੱਡਾ ਕਰਨਾ, ਕਿਸੇ ਨੂੰ ਨਹੀਂ ਦਿਖਦਾ, ਛੋਟਾ ਨਹੀਂ ਦਿਖਦਾ, ਸਾਈਜ਼ ਵੱਡਾ ਹੋ ਜਾਏਗਾ, ਛੋਟਾ, ਰਾਤ ਦਾ ਥੀਮ ਕਰਨਾ, ਦਿਨ ਵਿੱਚ ਬ੍ਰਾਈਟਨੈਸ ਜ਼ਿਆਦਾ ਹੁੰਦੀ ਹੈ ਤਾਂ ਡਾਰਕ ਥੀਮ, ਇਹ ਸਾਰੇ ਫੀਚਰਸ ਮੈਂ ਪਾਏ ਨੇ। ਕਿਸੇ ਨੇ ਹੈਲਪ ਕੀਤੀ ਹੈ ਅੱਜ ਤੱਕ, ਸਨਮਾਨਿਤ ਵਗੈਰਾ ਕੀਤਾ? ਹਾਂਜੀ ਕੀਤਾ। ਕਿਹਨੇ ਕੀਤਾ? ਮੌਂਟੀ ਵੀਰ ਜੀ ਨੇ ਕੀਤਾ ਸੀ। ਕਿਹੜੇ ਮੌਂਟੀ ਵੀਰ ਜੀ? ਰਜੌਰੀ ਗਾਰਡਨ ਵਾਲੇ, ਰਜੌਰੀ ਗਾਰਡਨ, ਇੰਦਰਪ੍ਰੀਤ ਸਿੰਘ ਮੌਂਟੀ। ਹਾਂਜੀ ਹਾਂਜੀ। ਉਹਨਾਂ ਨੇ ਕੀ ਹੈਲਪ ਕੀਤੀ ਹੈ? ਉਹਨਾਂ ਨੇ ਪੈਸੇ ਦੀ ਹੈਲਪ ਕੀਤੀ ਸੀ। ਮੈਂ ਸਿੱਖ ਟੈਲੈਂਟ ਦੀ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਇਹ ਬੱਚੇ ਦੇ ਅੰਦਰ ਭਰਪੂਰ ਟੈਲੈਂਟ ਹੈ। ਇਸ 13 ਸਾਲ ਦੀ ਉਮਰ ਦੇ ਅੰਦਰ ਅਗਰ ਬੱਚਾ ਇੰਨੀਆਂ ਸਾਰੀਆਂ ਚੀਜ਼ਾਂ ਜੋ ਕਿ ਜਿਹੜੇ ਕਿ ਕਈਆਂ ਨੂੰ ਨਾਮ ਵੀ ਨਹੀਂ ਪਤਾ ਹੋਣਾ, ਉਹ ਇਹ ਬੱਚਾ ਇਕੱਲੇ ਨੇ ਆਪ ਹੀ ਸਿੱਖਿਆ, ਆਪ ਹੀ ਅੱਜ ਉਹ ਐਪਲੀਕੇਸ਼ਨਸ ਬਣਾ ਵੀ ਰਿਹਾ ਅਤੇ 5 ਐਪਲੀਕੇਸ਼ਨਸ ਹੈ ਪਲੇ ਸਟੋਰ ਦੇ ਉੱਤੇ ਬਣਾ ਵੀ ਰਿਹਾ, ਜਿਹਦੇ ਵਿੱਚ ਇੱਕ ਨਿਤਨੇਮ ਦੀ ਐਪ ਹੈ। ਅਤੇ ਸਾਧ ਸੰਗਤ ਨੂੰ ਮੈਂ ਅਪੀਲ ਕਰਨਾ ਚਾਹਾਂਗਾ, ਸਾਧ ਸੰਗਤ ਜੀ, ਜਿੰਨਾ ਕਿ ਸਾਡੀ ਟੀਮ ਵੱਲੋਂ, ਟੀਮ ਮੌਂਟੀ ਕੋਛੜ ਵੱਲੋਂ ਔਰ ਦੀਦੀ ਆਪਣਾ ਡਾਕਟਰ ਅਵਨੀਤ ਕੌਰ ਪਾਟੀਆ ਜਿਹੜੇ ਕਿ ਸਾਡੇ ਸਿਸਟਰ ਹੈਗੇ ਨੇ, ਉਹਨਾਂ ਵੱਲੋਂ ਇਹਦੀ ਭਰਪੂਰ ਮਦਦ ਕੀਤੀ ਜਾ ਰਹੀ ਹੈ। ਅਤੇ ਅਸੀਂ ਸੰਗਤ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਧ ਸੰਗਤ ਜੀ, ਇਹੋ ਜਿਹੇ ਟੈਲੈਂਟ ਨੂੰ ਅਸੀਂ ਵੇਸਟ ਨਾ ਜਾਣ ਦਈਏ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਤੁਹਾਡਾ ਵੋਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਸਿੱਖ ਸਿਆਸਤ ਦੀ ਗੱਲ ਤਾਂ ਬੜੀ ਕੀਤੀ ਹੈ, ਮਗਰ ਸਿੱਖ ਟੈਲੈਂਟ ਦੀ ਗੱਲ ਅਸੀਂ ਕਰਾਂਗੇ। ਆਣਾ ਮੁਝੇ ਕਹਿ ਰਹੇ ਬੇਟੇ, ਨਾਮ ਕੀ ਆਪਕਾ? ਪਵਿੱਤ ਸਿੰਘ। ਪਵਿੱਤ ਸਿੰਘ, ਤੁਹਾਡੇ ਟੈਲੈਂਟ ਬਾਰੇ ਬੜੀ ਚਰਚਾ ਹੋ ਰਹੀ ਹੈ, ਤੁਹਾਡੇ ਕੋਲ ਟੈਲੈਂਟ ਹੈਗਾ ਕੰਪਿਊਟਰ ਨੌਲੇਜ, ਕੰਪਿਊਟਰ 'ਚ ਕੀ ਆਉਂਦਾ? ਪੇਂਟ ਆਉਂਦਾ, ਐਮ ਐਸ ਵਰਡ ਆਉਂਦਾ, ਕੀ ਆਉਂਦਾ? ਮੈਂ ਸਭ ਤੋਂ ਪਹਿਲਾਂ ਤਾਂ ਐਂਡਰੋਇਡ ਐਪਸ ਬਣਾ ਲੈਂਦੇ ਹਾਂ ਐਂਡਰੋਇਡ ਸਟੂਡੀਓ ਅਤੇ ਜਾਵਾ ਦੇ ਵਿੱਚ, ਅਤੇ ਮੈਂ ਵੈਬਸਾਈਟਸ ਬਣਾ ਲੈਂਦੇ ਐਲੀਮੈਂਟ ਪੇਜ ਬਿਲਡਰ ਅਤੇ ਵਰਡਪ੍ਰੈਸ ਤੋਂ ਯੂਜ ਕਰਕੇ, ਅਤੇ ਮੈਨੂੰ ਲੈਂਗੁਏਜਿਸ ਆਉਂਦੇ ਨੇ ਜਿੱਦਾਂ ਸੀ, ਸੀ ਪਲੱਸ ਪਲੱਸ, ਪਾਈਥਨ, ਜਾਵਾ, ਅਤੇ ਮੈਂ ਗ੍ਰਾਫਿਕ ਡਿਜ਼ਾਇਨਿੰਗ ਵੀ ਕਰ ਲੈਂਦੀ। ਬਸ ਕੰਪਿਊਟਰ ਦੇ, ਤੇਰੇ ਉਮਰ ਦੇ ਬੱਚਿਆਂ ਨੂੰ ਪੇਂਟ ਆਉਂਦਾ, ਐਮ ਐਸ ਵਰਡ ਆਉਂਦਾ, ਐਕਸਲ ਆਉਂਦਾ, ਇਹ ਸਭ ਕੁਝ ਕਿੱਧਰੋਂ ਸਿੱਖ ਲਿਆ? ਇਹ ਮੈਂ ਸਾਰਾ ਕੁਝ ਯੂਟਿਊਬ ਅਤੇ ਡਾਕੂਮੈਂਟੇਸ਼ਨ ਕੋਲੋਂ ਸਿੱਖਿਆ। ਜਿੱਦਾਂ ਯੂਟਿਊਬ ਚੈਨਲ ਮੈਨੂੰ ਜੋ ਸਭ ਤੋਂ ਅੱਛੇ ਲੱਗਦੇ ਹੈ, ਕੋਡ ਵਿਦ ਹੈਰੀ, ਨੀਟ ਰੂਟਸ, ਅਤੇ ਵੈਬਸਾਈਟ ਗੀਕਸ ਫੋਰ ਗੀਕਸ, W3 ਸਕੂਲਸ, ਇਹ ਸਾਰੇ ਸਿੱਖ ਲਏ ਔਨਲਾਈਨ ਹੀ। ਅਤੇ ਕਿਸੇ ਤੋਂ ਹੈਲਪ ਲੈਣੀ ਹੁੰਦੀ, ਹੈਲਪ ਕਿਵੇਂ ਮਿਲਦੀ ਹੈ? ਮਤਲਬ ਦੇਖੋ, ਜਿਵੇਂ ਤੁਸੀਂ ਸੋਸ਼ਲ ਮੀਡੀਆ ਦੇ ਆਪਣਾ ਸਿੱਖ ਤਾਂ ਲਿਆ ਐਪ ਬਣਾਉਣੀ, ਮਗਰ ਐਪ ਬਣਾਉਣ ਵਾਸਤੇ ਡਾਲਰ ਲੱਗਦੇ ਨੇ, ਅਪਲੋਡ ਕਰਨ ਵਾਸਤੇ ਐਂਡਰੋਇਡ ਐਪ, ਉਹ ਤਾਂ ਹੈਲਪ ਕੌਣ ਕਰਦਾ ਫਿਰ? ਹੈਲਪ ਤਾਂ ਕੋਈ ਨਹੀਂ ਕਰਦਾ, ਬਸ ਜੋ ਖੁਦ ਕਰ ਲੈਂਦੇ, ਖੁਦ ਹੀ ਕਰਦਾ ਮੈਂ। ਜਿੱਦਾਂ ਐਪ ਵਿੱਚ ਵੀ ਕੋਈ ਏਰਰ ਆਇਆ ਤਾਂ ਕਦੇ ਕਦੇ ਉਹ ਬਹੁਤ ਲੰਬਾ ਚੱਲ ਜਾਂਦਾ, ਫਿਰ ਮੈਂ ਗੂਗਲ ਤੋਂ ਟੂਨ ਟੂਨ ਕੇ, ਯੂਟਿਊਬ ਤੋਂ ਟੂਨ ਟੂਨ ਕੇ ਕਰਦਾ ਫਿਰ। ਕਿਸੇ ਨੇ ਹੈਲਪ ਕੀਤੀ ਹੈ ਅੱਜ ਤੱਕ, ਸਨਮਾਨਿਤ ਵਗੈਰਾ ਕੀਤਾ? ਹਾਂਜੀ ਕੀਤਾ। ਕਿਹਨੇ ਕੀਤਾ? ਮੌਂਟੀ ਵੀਰ ਜੀ ਨੇ ਕੀਤਾ ਸੀ। ਕਿਹੜੇ ਮੌਂਟੀ ਵੀਰ ਜੀ? ਰਜੌਰੀ ਗਾਰਡਨ ਵਾਲੇ, ਰਜੌਰੀ ਗਾਰਡਨ, ਇੰਦਰਪ੍ਰੀਤ ਸਿੰਘ ਮੌਂਟੀ। ਹਾਂਜੀ ਹਾਂਜੀ। ਉਹਨਾਂ ਨੇ ਕੀ ਹੈਲਪ ਕੀਤੀ ਹੈ? ਉਹਨਾਂ ਨੇ ਪੈਸੇ ਦੀ ਹੈਲਪ ਕੀਤੀ ਸੀ। ਮਤਲਬ ਫਾਈਨੈਂਸ਼ੀਅਲੀ ਹੈਲਪ ਤੁਹਾਡੀ ਕੀਤੀ ਹੈ, ਜੇ ਮੈਨੂੰ ਗੱਲ ਦੱਸੋ, ਐਂਡਰੋਇਡ ਐਪ ਕੋਈ ਬਣਾਈ ਹੈ ਅੱਜ ਤੱਕ? ਹਾਂਜੀ, 5 ਐਪਾਂ ਮੈਂ ਬਣਾ ਚੁੱਕੀ ਹਾਂ, ਪਲੇ ਸਟੋਰ 'ਤੇ ਅਪਲੋਡਡ ਵੀ ਨੇ। ਅਪਲੋਡਡ ਨੇ? ਹਾਂਜੀ। ਅਤੇ ਅਪਲੋਡਡ ਉਹ ਕੀ ਬਣਾਇਆ, ਕੀ ਹੈ, ਕਾਰਟੂਨ ਬਣਾਇਆ, ਵੀਡੀਓ ਗੇਮ, ਕੀ ਬਣਾਇਆ? ਮੈਂ ਇੱਕ ਤਾਂ ਨਿਤਨੇਮ ਦੀ ਐਪ ਬਣਾਈ ਹੈ, ਉਹਦੇ ਵਿੱਚ ਜਿੰਨੇ ਵੀ ਨਿਤਨੇਮ ਦੀ ਆਪ ਕਰਦੇ ਹੋ? ਹਾਂਜੀ, ਅਤੇ ਜਿੰਨੇ ਵੀ ਨਿਤਨੇਮ ਦੇ ਉਹਦੇ ਵਿੱਚ ਪਾਰਟ ਨੇ, ਸਾਈਜ਼ ਉਹਦਾ ਵੱਡਾ ਕਰਨਾ, ਕਿਸੇ ਨੂੰ ਨਹੀਂ ਦਿਖਦਾ, ਛੋਟਾ ਨਹੀਂ ਦਿਖਦਾ, ਸਾਈਜ਼ ਵੱਡਾ ਹੋ ਜਾਏਗਾ, ਛੋਟਾ, ਰਾਤ ਦਾ ਥੀਮ ਕਰਨਾ, ਦਿਨ ਵਿੱਚ ਬ੍ਰਾਈਟਨੈਸ ਜ਼ਿਆਦਾ ਹੁੰਦੀ ਹੈ ਤਾਂ ਡਾਰਕ ਥੀਮ, ਇਹ ਸਾਰੇ ਫੀਚਰਸ ਮੈਂ ਪਾਏ ਨੇ। ਅੱਛਾ, ਮੈਨੂੰ ਗੱਲ ਦੱਸੋ, ਤੁਹਾਨੂੰ ਹੈਲਪ ਕੀ ਚਾਹੀਦੀ ਹੈ ਅੱਗੇ ਵਧਣ ਵਾਸਤੇ, ਅਤੇ ਤੁਹਾਡੀ ਉਮਰ ਕਿੰਨੀ ਹੈਗੀ ਹੈ? ਹਾਂਜੀ, ਮੇਰੀ ਉਮਰ ਹੈ 13 ਸਾਲ ਦੀ, ਅਤੇ ਮੈਂ 8ਵੀਂ ਕਲਾਸ 'ਚ ਪੜ੍ਹਦਾ SS ਮੋਤਾ ਸਿੰਘ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿੱਚ। ਅੱਛਾ, ਇੰਨਾ ਸਭ ਕੁਝ ਸਿੱਖਦੇ ਰਿਹਾ, ਹੁਣ ਜੋਬ ਤਾਂ ਹਾਲੇ ਤੁਸੀਂ ਕਰ ਨਹੀਂ ਸਕਦੇ, ਅਤੇ ਅੱਗੇ ਹੋਰ ਕਰਨਾ ਕੀ ਚਾਹੁੰਦੇ ਹੋ? ਮੈਂ ਜੋ ਅਜੇ ਤੱਕ ਕਰਨਾ ਚਾਹੁੰਦਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਕੰਮ ਕਰਨਾ ਚਾਹੁੰਦਾ। ਉਹਦੇ ਵਿੱਚ ਮੈਂ ਅਜੇ ਤੱਕ ਜੋ ਦੇਖਿਆ ਉਹਦੇ ਵਿੱਚ ਰੋਬੋਟ ਵਗੈਰਾ ਬਣ ਜਾਂਦੇ ਨੇ, ਬਹੁਤ ਅੱਛੇ ਅੱਛੇ ਕੰਮ ਹੁੰਦੇ ਨੇ ਉਹਦੇ ਵਿੱਚ, ਆਈ ਡਿਟੈਕਸ਼ਨ, ਕੈਮਰਾ ਡਿਟੈਕਸ਼ਨ, ਇਹ ਸਾਰੇ ਕੰਮ, ਆਈ ਕੈਮਰਾ ਡਿਟੈਕਸ਼ਨ। ਇੱਕ ਗੱਲ ਦੱਸੋ, ਲੋਕ ਤੁਹਾਡੇ ਵਰਗੇ ਬੱਚੇ ਖੇਡਦੇ ਨੇ, ਪਾਰਕ ਜਾਂਦੇ ਨੇ, ਕ੍ਰਿਕਟ ਖੇਡਦੇ ਨੇ,
ਇਹਦੀ ਸੋਝੀ ਕਿਧਰੋਂ ਆਈ? ਇਹਦੀ ਸੋਝੀ ਮੈਨੂੰ ਬਸ ਮੈਨੇ ਮੰਮੀ ਨੇ ਦਿੱਤੀ ਸੀ ਕਿ ਮੈਂ ਜਦ ਵੀ ਕੋਈ ਪਲੇ ਸਟੋਰ 'ਤੇ ਐਪ ਡਾਊਨਲੋਡ ਕਰਦਾ ਸੀ ਤਾਂ ਮੇਰੇ ਮਨ ਵਿੱਚ ਜ਼ਰੂਰ ਆਉਂਦਾ ਸੀ ਕਿ ਉਹ ਬੰਦੀ ਕਿੱਦਾਂ, ਤਾਂ ਮੈਂ ਇਹ ਸੋਚਿਆ ਕਿ ਮੈਂ ਐਪ ਕੰਮ ਸਟਾਰਟ ਕਰਾਂ, ਫਿਰ ਧੀਰੇ ਧੀਰੇ ਕਰ ਕਰਕੇ ਹੁਣ ਅੱਗੇ ਤੱਕ ਸਿੱਖ ਚੁੱਕੇ ਹਾਂ। ਸੋ ਬੇਟਾ ਇੱਕ ਗੱਲ ਦੱਸੋ, ਤੁਹਾਡੇ ਵਰਗੇ ਬੱਚੇ ਜਿਹੜੇ ਉਹਦੇ ਖੇਡਦੇ ਰਹਿੰਦੇ ਨੇ, ਤੁਸੀਂ ਸੋਝੀ ਆਈ, ਬੜੀ ਅੱਛੀ ਸੋਝੀ ਆਈ, ਹੁਣ ਅੱਗੇ ਬਣਨਾ, ਤੁਸੀਂ ਦੱਸਤਾ ਕਿ ਤੁਸੀਂ ਰੋਬੋਟਿਕ ਇੰਜੀਨੀਅਰਿੰਗ ਦੇ ਅੰਦਰ ਜਾਣਾ, ਮਗਰ ਜਾਣਾ ਪੈਸਾ ਬੜਾ ਲੱਗਦਾ, ਪੈਸੇ ਦਾ ਇੰਤਜ਼ਾਮ ਕਿਵੇਂ ਕਰੋਗੇ? ਇਹ ਤਾਂ ਅਜੇ ਤੱਕ ਨਹੀਂ ਸੋਚਿਆ। ਹੋ ਜਾਏਗਾ, ਇਹ ਸੋਚਿਆ ਨਹੀਂ ਅਜੇ। ਅਜੇ ਕੰਮ ਸਿੱਖ ਰਹੇ ਹੋ, ਸੋਚਿਆ ਨਹੀਂ ਹਲੇ? ਹਾਂਜੀ। ਅੱਛਾ, ਮੈਨੂੰ ਕੋਈ ਦੱਸੋ, ਤੁਹਾਡੇ ਤਬਲਾ ਵੀ ਸਿੱਖਦੇ ਹੋ? ਹਾਂਜੀ, ਤਬਲਾ ਅਤੇ ਹਾਰਮੋਨੀਅਮ। ਤਬਲੇ ਵਿੱਚ ਮੈਂ ਅਜੇ ਗ੍ਰੈਜੂਏਸ਼ਨ ਕਰ ਰਹੀ ਹਾਂ ਅਤੇ ਹਾਰਮੋਨੀਅਮ ਵਿੱਚ 4th ਈਅਰ ਹੈ ਮੇਰਾ। ਹਾਂਜੀ ਵੀਰ ਜੀ, ਤੁਸੀਂ ਦੇਖੋ ਸਿੱਖ ਬੱਚੇ, ਅਸੀਂ ਬਸ ਸਿੱਖ ਸਿਆਸਤ ਬਹੁਤ ਕਵਰ ਕੀਤੀ ਹੈ, ਮਗਰ ਸਿੱਖ ਟੈਲੈਂਟ ਹੈਗਾ ਹੈ, ਇਹ ਟੈਲੈਂਟ ਨੂੰ ਗਰੂਮਿੰਗ ਦੀ ਲੋੜ ਹੈਗੀ, ਹੈਲਪ ਦੀ ਲੋੜ ਹੈਗੀ, ਕਿਵੇਂ ਹੈਲਪ ਕਰ ਸਕਦੇ ਹੋ ਇਸ ਬੱਚੇ ਦੀ? ਕਿਉਂਕਿ ਇਸ ਟੈਲੈਂਟ ਨੂੰ ਖਜੇ ਖਰਾ ਛੱਡਤਾ ਨਾ ਤਾਂ ਖਰਾਬ ਹੋ ਜਾਏਗਾ। ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਟੈਲੈਂਟ ਦੀ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਇਹ ਬੱਚੇ ਦੇ ਅੰਦਰ ਭਰਪੂਰ ਟੈਲੈਂਟ ਹੈ। ਇਸ 13 ਸਾਲ ਦੀ ਉਮਰ ਦੇ ਅੰਦਰ ਅਗਰ ਬੱਚਾ ਇੰਨੀਆਂ ਸਾਰੀਆਂ ਚੀਜ਼ਾਂ ਜੋ ਕਿ ਜਿਹੜੇ ਕਿ ਕਈਆਂ ਨੂੰ ਨਾਮ ਵੀ ਨਹੀਂ ਪਤਾ ਹੋਣੇ, ਉਹ ਇਹ ਬੱਚਾ ਇਕੱਲੇ ਨੇ ਆਪ ਹੀ ਸਿੱਖਿਆ, ਆਪ ਹੀ ਅੱਜ ਉਹ ਐਪਲੀਕੇਸ਼ਨਸ ਬਣਾ ਵੀ ਰਿਹਾ ਅਤੇ 5 ਐਪਲੀਕੇਸ਼ਨਸ ਹੈ ਪਲੇ ਸਟੋਰ ਦੇ ਉੱਤੇ ਬਣਾ ਵੀ, ਜਿਹਦੇ ਵਿੱਚ ਇੱਕ ਨਿਤਨੇਮ ਦੀ ਐਪ ਹੈ। ਅਤੇ ਸਾਧ ਸੰਗਤ ਨੂੰ ਮੈਂ ਅਪੀਲ ਕਰਨਾ ਚਾਹਾਂਗਾ, ਸਾਧ ਸੰਗਤ ਜੀ, ਜਿੰਨਾ ਕਿ ਸਾਡੀ ਟੀਮ ਵੱਲੋਂ, ਟੀਮ ਮੋਂਟੀ ਕੋਛੜ ਵੱਲੋਂ ਔਰ ਦੀਦੀ ਆਪਣਾ ਡਾਕਟਰ ਅਵਨੀਤ ਕੌਰ ਪਾਟੀਆ ਜਿਹੜੇ ਕਿ ਸਾਡੇ ਸਿਸਟਰ ਹੈਗੇ ਨੇ, ਉਹਨਾਂ ਵੱਲੋਂ ਇਹਦੀ ਭਰਪੂਰ ਮਦਦ ਕੀਤੀ ਜਾ ਰਹੀ ਹੈ। ਅਤੇ ਅਸੀਂ ਸੰਗਤ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਧ ਸੰਗਤ ਜੀ, ਇਹੋ ਜਿਹੇ ਟੈਲੈਂਟ ਨੂੰ ਅਸੀਂ ਵੇਸਟ ਨਾ ਜਾਣ ਦੇਈਏ, ਅਸੀਂ ਜਿੰਨਾ ਕੁ ਹੋ ਸਕੇ ਇਸ ਬੱਚੇ ਦੇ ਟੈਲੈਂਟ ਨੂੰ ਪਹਿਚਾਨੀਏ ਅਤੇ ਇਹਨੂੰ ਸਪੋਰਟ ਕਰੀਏ, ਤਾਂ ਕਿ ਇਹੋ ਜਿਹਾ ਬੱਚਾ ਸਾਡਾ ਅੱਗੇ ਆਉਣ ਵਾਲੀ ਪਨੀਰੀ ਨੂੰ ਇੱਕ ਰੋਲ ਮਾਡਲ ਬਣ ਸਕੇ, ਤਾਂ ਕਿ ਇਹ ਬੱਚੇ ਆਉਣ ਵਾਲੇ ਬੱਚੇ ਵੀ ਨਵੀਂ ਪਨੀਰੀ ਇਸ ਮਾਡਲ ਕੋਲੋਂ, ਇਸ ਬੱਚੇ ਰੋਲ ਮਾਡਲ ਕੋਲੋਂ ਕੁਛ ਸਿੱਖ ਸਕਣ ਅਤੇ ਇਹੋ ਜਿਹੇ ਬੱਚੇ ਅੱਗੇ ਚੱਲ ਕੇ ਸਿੱਖ ਕੌਮ ਦਾ, ਸਿੱਖ ਪੰਥ ਦਾ ਨਾਮ ਰੋਸ਼ਨ ਕਰ ਸਕਣ। ਮੈਨੂੰ ਬੇਟਾ ਲਾਸਟ ਕੁਐਸਚਨ ਤੁਹਾਡੇ ਤੋਂ ਬੜਾ ਸਿੰਪਲ, ਤੁਹਾਡੀ ਐਪ ਦਾ ਨਾਂ ਕੀ ਹੈਗਾ? ਮੇਰੀ ਐਪ ਦਾ ਨਾਮ ਹੈ ਨਿਤਨੇਮ, ਰੀਡ ਐਂਡ ਲਿਸਨ ਨਿਤਨੇਮ। ਜਿਵੇਂ ਬੱਚੇ ਨੇ ਦੱਸਿਆ ਬੱਚੇ ਦੀ ਐਪ ਦਾ ਨਾਮ, ਬੱਚੇ ਦਾ ਹੌਸਲਾ ਵਧਾਉਣ ਵਾਸਤੇ ਮੈਂ ਆਪ ਜੀ ਨੂੰ ਕਹਾਂਗਾ, ਬੱਚੇ ਦੀ ਐਪ ਨੂੰ ਜ਼ਰੂਰ ਡਾਊਨਲੋਡ ਕਰੋ ਅਤੇ ਉਹਦੇ ਨਾਲ ਨਿਤਨੇਮ ਵੀ ਜ਼ਰੂਰ ਕਰੋ, ਦੇਖਦੇ ਰਹੋ ਵੋਇਸ ਆਫ ਇੰਡੀਆ।